ਦੇਖੋ ਜੀ, 64-65 ਦੇ ਹੋ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਅਤੇ ਖਨੌਰੀ ਬਾਰਡਰ 'ਤੇ, ਦੱਬ ਵਾਲੀ ਬਾਰਡਰ 'ਤੇ ਕਿਸਾਨਾਂ ਦਾ ਜਿਹੜਾ ਇੱਕ ਸ਼ਾਂਤਮਈ ਸੰਘਰਸ਼ ਚੱਲਣ ਡਿਆ ਦੋ ਫੋਰਮਾਂ ਦਾ। ਜੋ ਕਿਸਾਨ 11 ਫਰਵਰੀ ਨੂੰ ਜਿਹੜਾ ਆ ਬਿਆਸ ਪੁੱਲ ਦੇ ਉੱਤੋਂ ਸ਼ਾਂਤਮਈ ਦਿੱਲੀ ਜਾਣ ਵਾਸਤੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਪਿਛਲੇ ਅੰਦੋਲਨ 'ਚ, ਅੱਜ ਜੀ ਭਿੱਟੇ ਵੱਢ ਪਿੰਡ ਦੇ ਵਿੱਚ BJP ਦਾ ਜਿਹੜਾ ਆਗੂ ਸੀ ਉਹ ਪ੍ਰਚਾਰ ਕਰਨ ਵਾਸਤੇ ਆਇਆ ਸੀ ਅਤੇ ਰਾਮ ਤੀਰਥ ਜੋਨ ਦੇ ਸਾਰੇ ਪਿੰਡਾਂ ਨੇ ਇਕੱਠਿਆਂ ਹੋ ਕੇ ਉਹਨਾਂ ਨੂੰ ਆਹ ਬੈਨਰ ਲੱਗਾ ਆ 12 ਮੰਗਾਂ ਸੀ ਜਿਹੜੀਆਂ ਉਹਨਾਂ ਕੋਲ, ਉਹਨਾਂ ਦੇ ਸਵਾਲ ਪੁੱਛਣ ਵਾਸਤੇ ਕਿਸਾਨ ਇਕੱਠੇ ਹੋਏ ਸੀ। ਸਾਡਾ ਉਹਨਾਂ ਦੇ ਨਾਲ, ਉਹ ਵੀ ਕਿਸਾਨ ਭਰਾ ਨੇ, ਪਰ ਸਾਡੀ ਜਿਹੜੀ ਲੜਾਈ ਆ ਇਹ ਪ੍ਰਸ਼ਾਸਨ ਦੇ ਨਾਲ ਆ, BJP ਸਰਕਾਰ ਦੇ ਨਾਲ ਆ। BJP ਸਰਕਾਰ ਕੋਲ ਜਿਹੜੀਆਂ ਮੰਨੀਆਂ ਮੰਗਾਂ ਸੀ ਦਿੱਲੀ ਅੰਦੋਲਨ ਦੇ ਵਿੱਚ ਆ, ਉਹ ਮੰਗਾਂ ਪੁੱਛਣ ਵਾਸਤੇ ਵੀ ਸਾਡੀਆਂ ਮੰਗਾਂ ਦਾ ਜਿਹੜਾ ਆ ਜਵਾਬ ਦਿੱਤਾ ਜਾਵੇ। ਜਿਹੜਾ ਖਨੌਰੀ ਬਾਰਡਰ ਦੇ ਉੱਤੇ ਇਕਲੌਤਾ ਬੇਟਾ ਮਾਪਿਆਂ ਦਾ 21-22 ਸਾਲ ਦਾ ਜਿਹੜਾ ਸੀ ਉਹ BJP ਦੀ ਸਰਕਾਰ ਨੇ ਆਪਣੀਆਂ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕੀਤਾ ਆ, ਕੀ ਉਹਦਾ ਇਹ ਕਸੂਰ ਸੀ ਕਿ ਉਹ ਆਪਣੇ ਹੱਕ ਲੈਣ ਵਾਸਤੇ ਜਿਹੜਾ ਟਕਰਾਅ ਵੀ ਹੋਇਆ ਤੁਹਾਡਾ ਜੀ? ਅੱਜ ਜੀ ਜਦੋਂ ਅਸੀਂ ਉਹਦਾ ਭਿੱਟੇ ਵੱਢ ਦੇ ਰੋਡ ਦੇ ਉੱਤੇ, ਜਿਹੜਾ ਪਿੰਡ ਨੂੰ ਰੋਡ ਜਾਂਦਾ ਆ ਮੇਨ ਰੋਡ ਦੇ ਉੱਤੋਂ, ਉਹਦੇ 'ਤੇ ਖਲੋ ਕੇ ਜਿਹੜਾ ਆ ਅਸੀਂ ਆਪਣਾ ਵਿਰੋਧ ਕਰਨ ਡਏ ਹਾਂ, ਆਪਣੇ ਸਵਾਲ ਪੁੱਛਣੇ ਸੀ, ਉਹਨਾਂ ਕੋਲ ਜਵਾਬ ਮੰਗਣੇ ਸੀ, ਅਤੇ ਪ੍ਰਸ਼ਾਸਨ ਜਿਹੜਾ ਆ ਉਹ ਵੀ ਕੋਲ ਖਲੋਤਾ ਸੀ। ਪ੍ਰਸ਼ਾਸਨ ਨੇ ਕੋਲ ਖਲੋ ਕੇ ਜਿਹੜਾ ਆ ਤਮਾਸ਼ਾ ਵੇਖਿਆ ਆ, ਰੋਡੇ ਚੱਲੇ ਆ, ਉਹਦੀ ਵੀਡੀਓ ਬਕਾਇਦਾ ਬਣੀ ਆ। ਜਿਸ ਤਰ੍ਹਾਂ ਤੁਸੀਂ ਟਕਰਾਅ ਕਰ ਰਹੇ ਹੋ, ਆਪਸੀ ਭਾਈਚਾਰਾ ਖਤਮ ਹੁੰਦਾ ਜੀ ਪਿੰਡਾਂ ਦੇ ਵਿੱਚੋਂ, ਕਿਉਂਕਿ ਉਹ ਵੀ ਕਿਸਾਨ ਨੇ ਜਿਨ੍ਹਾਂ ਦਾ ਪ੍ਰੋਗਰਾਮ ਕੀਤਾ ਹੋਇਆ ਸੀ? ਵੇਖੋ ਜੀ, ਅਸੀਂ ਤਾਂ ਪਿੰਡਾਂ ਦੇ ਵਿੱਚ ਜਿਹੜੇ ਆ ਬੈਨਰ ਵੀ ਲਾਏ ਆ ਮੰਗਾਂ ਦੇ ਉੱਤੇ ਪਬਲਿਕ ਨੂੰ ਜਾਗਰੂਕ ਕਰਾਉਣ ਵਾਸਤੇ। ਕੋਈ ਜਿਹੜੇ ਆ ਇਕੱਠੇ ਹੋਏ ਆ ਪਿੰਡਾਂ ਦੇ, ਇਹ ਆਪਦੀ ਘਰ ਦੀ ਲੜਾਈ ਨਹੀਂ ਲੜਦੇ, ਇਹ ਸਭ ਦੀ ਲੜਾਈ ਜਿਹੜੀ ਆ ਲੜਦੇ ਆ। ਮੇਰਾ ਸਵਾਲ ਹੈ ਕਿ ਤੁਹਾਡਾ ਆਪਸੀ ਭਾਈਚਾਰਾ ਨਹੀਂ ਖਤਮ ਹੁੰਦਾ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਜੀ? ਵੇਖੋ ਜੀ, ਸਾਡਾ ਆਪਸੀ ਭਾਈਚਾਰਾ ਨਹੀਂ ਕੋਈ ਵੀ ਖਤਮ ਹੋਊਗਾ, ਸਾਡਾ ਆਪਸੀ ਭਾਈਚਾਰਾ ਤਾਲਮੇਲ ਆ ਜਿਹੜਾ ਅੱਗੇ ਨੂੰ ਵੀ ਵਧੇਗਾ। ਕਿਵੇਂ ਵਧੇਗਾ? ਜਿਉਂ ਜਿਉਂ ਸਾਨੂੰ ਸਮਝ ਆਈ ਤਿਉਂ ਤਿਉਂ ਅਸੀਂ ਅੱਗੇ ਵਧਾਂਗੇ। ਜਿਨ੍ਹਾਂ ਨੂੰ ਸਮਝ ਆ ਗਈ ਆ ਉਹ ਬਾਰਡਰਾਂ ਦੇ ਉੱਤੇ ਬੈਠੇ ਜਾ ਕੇ ਲੜਦੇ ਆ, ਜਿਨ੍ਹਾਂ ਦੀ ਅਜੇ ਸੋਚ ਨਹੀਂ ਬਦਲੀ ਉਹਨਾਂ ਦੀ ਵੀ ਆਪਾਂ ਜਿਹੜੀ ਸੋਚ ਆ ਬਦਲਾਂਗੇ। ਉਹਨਾਂ ਪਰਿਵਾਰਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਵਾਂਗੇ। ਜਦੋਂ ਉਹਨਾਂ ਦੀ ਸਮਝ 'ਚ ਗੱਲ ਆ ਗਈ ਉਹ ਆਪ ਹੀ ਜਿਹੇ ਬੰਦੀਆਂ ਦੇ ਨਾਲ ਤੁਰਨਗੇ, ਆਪਣੇ ਜਿਹੜੇ ਆ ਸਰਕਾਰਾਂ ਕੋਲੋਂ ਹੱਕ ਲੈਣਗੇ।